ਜੀ ਸ਼ਸ਼ੀਕਾਲ ਤੁਹਾਨੂੰ ਸਾਰੇ ਨੂੰ ਆਈ ਐਮ ਗਗਨਜੋਤ ਫਰਮ ਚੂੜਾ ਹੌਲਸੇਲਰ ਪੰਜਾਬ ਮੈਂ ਇੱਥੇ ਤੁਹਾਡੀ ਚੂੜੇ ਦੀ ਇਨਕੁਆਰੀਜ਼ ਜੋ ਸੀ ਚੂੜੇ ਦੇ ਜਿੰਨੇ ਵੀ ਕੁਐਸ਼ਨ ਸੀਗੇ ਉਹਨਾਂ ਨੂੰ ਕਲੀਅਰ ਕਰਨ ਲਈ ਦੀ ਟਰਾਈ ਕਰਾਂਗੀ ਐਂਡ ਉਸ ਦੇ ਰਿਲੇਟਿਡ ਵੀਲੌਗ ਹੈ ਅਗਰ ਤੁਸੀਂ ਚੂੜਾ ਬਾਈ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਬਾਈ ਕਰ ਚੁੱਕੇ ਹੋ ਜਾਂ ਕੁਝ ਵੀ ਤੁਹਾਡੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਕੁਝ ਵੀ ਕੁਐਸ਼ਨਸ ਹੈ ਉਹਨਾਂ ਨੂੰ ਤੁਸੀਂ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਇਹ ਵੀਲੌਗ ਤੁਹਾਡੇ ਲਈ ਬਹੁਤ ਅੱਛਾ ਹੋਣ ਵਾਲਾ ਹੈ ਸਭ ਤੋਂ ਪਹਿਲੀ ਗੱਲ ਮੇਰੇ ਵੱਲੋਂ ਦਿਲ ਤੋਂ ਸ਼ਸ਼ੀਕਾਲ ਤੇ ਸਾਰਿਆਂ ਨੂੰ ਵੈਲਕਮ ਹੈ ਐਂਡ ਇੱਥੇ ਮੈਂ ਆਪਣਾ ਪੇਜ ਪੀਨ ਕਰ ਰਹੀ ਹਾਂ ਜੋ ਕਿ ਹੈ ਦੇ ਜੁਏਟਿਡ ਹੀ ਹੈ ਮਤਲਬ ਉਸ ਤੇ ਚੂੜਾ ਜਾਂ ਫਿਰ ਵਿਡਿੰਗ ਕਲੈਕਸ਼ਨ ਸਭ ਕੁਝ ਲੈ ਸਕਦੇ ਹੋ ਸੋ ਉੱਥੇ ਸਾਨੂੰ ਬਹੁਤ ਸਾਰੀ ਇਨਕੁਆਰੀਜ਼ ਆਉਂਦੀਆਂ ਲਾਈਕ ਕਿ ਮੈਮ ਅਸੀਂ ਚੂੜੇ ਦਾ ਸਾਈਜ਼ ਕਿਵੇਂ ਸਾਨੂੰ ਤੁਹਾਨੂੰ ਦਸੀਏ ਹੈ ਨਾ ਕਿਹੜਾ ਚੂੜਾ ਬਾਏ ਕਰਨਾ ਚਾਹੀਦਾ ਹੈ ਕਿਹੜੇ-ਕਿਹੜੇ ਕੁਐਸਚਨਸ ਤੁਹਾਡੇ ਮਾਈਂਡ ਦੇ ਵਿੱਚ ਆਉਂਦੇ ਹੋ ਮੋਸਟਲੀ ਮੈਨੂੰ ਪਤਾ ਨਹੀਂ ਤੇ ਆਈ ਐਮ ਜਸਟ ਟ੍ਰਾਈਂਗ ਕਿ ਮੈਂ ਉਹਨਾਂ ਕੁਐਸ਼ਨਸ ਦਾ ਤੁਹਾਡੇ ਨੂੰ ਅਨਸਰ ਕਰਾਂ ਇਸ ਵੀਡੀਓ ਦੇ ਵਿੱਚ ਇਸ ਵਲੌਗ ਦੇ ਵਿੱਚ ਸੋ ਪਲੀਜ਼ ਮੇਰੇ ਨਾਲ ਬਨੇ ਰਹਿਣਾ ਠੀਕ ਹੈ ਐਂਡ ਸਭ ਤੋਂ ਪਹਿਲਾ ਕੁਐਸ਼ਨ ਜੋ ਕਿ ਬਹੁਤ 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 ਆਉਂਦਾ ਹੈ ਕਿ ਇਹ ਸਾਨੂੰ ਦਾ ਸਾਈਜ਼ ਨਹੀਂ ਪਤਾ ਬਿਕੋਜ਼ ਕੀ ਹੁੰਦਾ ਹੈ ਕਿ ਤੁਸੀਂ ਸਟੋਰਸ ਤੇ ਜਾ ਕੇ ਪਰਚੇਸ ਕਰਦੇ ਹੋ ਤੁਸੀਂ ਸਟੋਰਸ ਤੇ ਜਾਂਦੇ ਤੁਸੀਂ ਐਜ਼ ਅ ਪਰਸਨ ਡੀਲਿੰਗ ਕਰਦੇ ਹੋ ਰਾਈਟ ਤੁਹਾਡੀ ਡੀਲਿੰਗ ਐ ਵਿਦ ਹੀ ਨਹੀਂ ਹੁੰਦੀ ਹੈ ਇੱਥੇ ਬੈਠ ਕੇ ਕੀ ਹਾਂ ਕੀ ਵੇ ਬਟ ਤੁਹਾਨੂੰ ਕੋਲ ਮੈਂ ਤੁਹਾਨੂੰ ਇੱਕ ਬੜੀ ਅੱਛੀ ਚੀਜ਼ ਦੱਸਦੀ ਹਾਂ ਕਿ ਉਸ ਨੂੰ ਤੁਸੀਂ ਕਿਵੇਂ ਕਲੀਅਰ ਕਰ ਸਕਦੇ ਹੋ ਤੁਸੀਂ ਸਾਈਜ਼ ਸਾਨੂੰ ਕਿਵੇਂ ਦੱਸ ਸਕਦੇ ਹੋ ਦੀ ਗੱਲ ਤਾਂ ਇਹਦਾ ਬੜਾ ਅੱਛਾ ਸੋਲੂਸ਼ਨ ਹੈ ਕਿ ਤੁਸੀਂ ਸਿੱਧਾ ਹੀ ਸਾਨੂੰ ਵੀਡੀਓ ਕਾਲ ਕਰ ਲਓ ਗਾਇਸ ਸਹੀ ਟੈਂਸ਼ਨ ਨਾ ਲਿਆ ਕਰੋ ਵੀਡੀਓ ਕਾਲ ਕਰੋ ਤੁਸੀਂ ਸਾਡਾ ਕੁਐਸਚਨ ਪੁੱਟ ਕਰੋ ਅਸੀਂ ਤੁਹਾਨੂੰ ਤੁਹਾਡੇ ਸਾਹਮਣੇ ਬੈਠ ਕੇ ਤੁਹਾਡੀ ਇਨਕੁਆਰੀ ਜਿਹੜੀ ਉਹ ਕਲੀਅਰ ਕਰਾਂਗੇ ਸੈਕਿੰਡ ਆਪਸ਼ਨ ਕੁਝ ਕੁਝ ਹੁੰਦੇ ਨੇ ਜਿਹੜੇ ਕਿ ਯਾਰ ਨਹੀਂ ਕੰਫਰਟੇਬਲ ਹੁੰਦੇ ਵੀਡੀਓ ਕਾਲ ਲਈ ਐਂਡ ਦੈਟਸ ਟੂਟਲੀ ਫਾਈਨ ਥੇਰ ਇਜ਼ ਨੋ ਇਸ਼ੂ ਇਨ ਇਟ ਲਾਈਕ ਸਭ ਤੋਂ ਪਹਿਲੇ ਜਿਹੜਾ ਕੁਐਸਚਨ ਸਭ ਤੋਂ ਜ਼ਿਆਦਾ ਜੋ ਆਉਂਦਾ ਹੈ ਉਹ ਇਹ ਹੈ ਕਿ ਹਾਂਜੀ चूड़े का सइज़ किमें पता किया जाए जो कि बहुत नॉर्मल है एंड uh, एक ब्राइड में होएगा ठीक है तो जो पहले भी मार्केट परचेस कर चुके हैं लेकिन उन्होंने शॉर्ट चूड़ा पाया उनके माइंड से भी क्वेश्चन हूँ यार अभी ऑनलाइन सूँ बहुत अच्छी वराइट दिख रही है बट असी इसमें ऑनलाइन परचेज किए करिए है ना सो so, उदा ही देिए देखो तुम्हें कड़ा तो पाया ही होंगे या फिर uh, जो नॉर्मल सरदारा ने कड़ा पाया हों फिर रै नॉर्मली कोई भी नॉर्मल तुम कितों भी बिलोंग करो तो डेफिनेटली कोई ना कोई जो चूड़ी या कड़ा तो होएगा ही होएगा है ना तो हूँ यह कड़ा है तो ਤੁਸੀਂ ਕੀ ਕਰਨਾ ਹੈ ਇਹਦਾ ਸਾਈਜ਼ ਲੈਣਾ ਹੈ ਸਕੇਲ ਦੇ ਨਾਲ ਠੀਕ ਹੈ ਉਹ ਸਾਈਜ਼ ਜਿਵੇਂ ਮੈਂ ਤੁਹਾਨੂੰ ਇੱਕ ਫੋਟੋ ਇੱਥੇ ਪਿੰਨ ਕਰ ਦਾਂਗੀ ਤੁਸੀਂ ਉੱਥੋਂ ਚੈੱਕ ਕਰ ਲੈਣਾ ਕਿ ਹਾਂਜੀ ਕਿਵੇਂ ਤੁਸੀਂ ਇਹਦਾ ਸਾਈਜ਼ ਲੈ ਸਕਦੇ ਹੋ ਐਂਡ ਤੁਸੀਂ ਮੈਨੂੰ 1 ਇੰਚਸ ਦੱਸਣਾ ਕਿ ਹਾਂਜੀ ਸਾਡਾ ਸਾਈਜ਼ ਇਹ ਹੈ ਤੇ ਤੁਸੀਂ ਜੇ ਸਾਨੂੰ ਮੈਸੇਜ ਕਰਨਾ ਜਾਂ ਫਿਰ ਤੁਸੀਂ ਸਾਨੂੰ ਐਜ਼ ਇਟ ਇਜ਼ ਪਿਕ ਵੀ ਸੈਂਡ ਕਰ ਸਕਦੇ ਹੋ ਕੋਈ ਐਸਾ ਇਸ਼ੂ ਨਹੀਂ ਹੈ ਕਿ ਤੁਸੀਂ ਪਿਕ ਸੈਂਡ ਕਰੋਗੇ ਤਾਂ ਯਾਰ ਅਸੀਂ ਤੁਹਾਨੂੰ ਜਜ ਕਰ ਨਹੀਂ ਤੁਸੀਂ ਸਾਨੂੰ ਪਿਕ ਸੈਂਡ ਕਰ ਦਿਓ ਤੁਹਾਨੂੰ ਨਹੀਂ ਪਤਾ ਚੱਲ ਰਿਹਾ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਸਾਡਾ ਸਾਈਜ਼ ਜਿਹੜਾ ਹੈ ਕਲੀਅਰ ਕਰ ਦਾਂਗੇ ਐਂਡ ਸਭ ਤੋਂ ਅੱਛੀ ਫੈਸਿਲਿਟੀ ਜੋ ਅਸੀਂ ਤੁਹਾਨੂੰ ਦਿੰਦੇ ਆ ਉਹ ਇਹ ਉਹ ਦੱਸਿਆ 26 ਪਰ ਸਾਈਜ਼ ਤੁਹਾਡਾ ਸੀਗਾ ਜਾਂ ਫਿਰ 28 ਹਨਾ ਜਾਂ ਤੁਹਾਨੂੰ ਸਾਈਜ਼ ਸਾਨੂੰ 28 ਹੈ ਤੁਹਾਨੂੰ ਆਪਣਾ 26 ਦੱਸਦਾ ਕੁਝ ਵੀ ਹੋ ਸਕਦਾ 26 ਹੈ ਲੇਕਿਨ 24 ਦੱਸਦਾ ਕੁਝ ਤੁਹਾਨੂੰ ਸਾਈਜ਼ ਹੀ ਇਸ਼ੂ ਆ ਰਿਹਾ ਸਾਈਜ਼ ਦਾ ਪ੍ਰੋਬਲਮ ਆ ਰਿਹਾ No issues ਤੁਸੀਂ ਸਾਨੂੰ ਛੋੜਾ ਸਾਡੂ ਸੈਂਡ ਬੈਕ ਕਰੋ ਅਸੀਂ ਤੁਹਾਨੂੰ ਤੁਹਾਡੇ ਸਾਈਜ਼ ਦਾ ਛੋੜਾ ਜੂਆ ਭੇਜ ਦਾਂਗੇ ਕੋਈ ਐਸੇ ਇਸ਼ੂ ਵੱਡ ਦੇ ਗੱਲ ਨਹੀਂ ਹੈ ਵੀਡੀਓ ਕਾਲ ਕਰਨੀ ਹੈ ਵੀਡੀਓ ਕਾਲ ਕਰ ਲਓ ਦੂਜਾ ਕੁਸ਼ਣ ਜਿਹੜਾ ਸਭ ਤੋਂ ਜ਼ਿਆਦਾ ਆਉਂਦਾ ਯਾਰ ਮੈਨੂੰ ਗਰਮੀ ਬਹੁਤ ਹੈ ਚੂਰੀਆਂ ਕੱਟਦੀਆਂ ਤੁਹਾਨੂੰ ਮੈਂ ਸੱਚੇ ਚ ਦੱਸਾਂ ਮੈਂ ਵੀ ਇਹ ਪਾਇਆ ਹੋਇਆ ਹਨਾ ਤੇ ਯੂਸੂਲੀ ਕੀ ਹੁੰਦਾ ਸਰਕਲ ਬਹੁਤ ਸਾਰੀਆਂ ਬ੍ਰਾਈਡਸ ਆਉਂਦੀਆਂ ਐ ਐਂਡ ਬ੍ਰਾਈਡਸ ਕੀ ਆਉਂਦੀਆਂ ਕਿ ਯਾਰ ਮੈਮ ਸਾਨੂੰ ਚੂੜਾ ਲੱਗੇ ਕਿਉਂਕਿ ਸਾਡੇ ਸ਼ਾਪ ਤੇ ਵੀ ਕਾਫੀ ਜਣੇ ਵਿਜ਼ਿਟ ਕਰਦੇ ਆਂ ਉਹਨਾਂ ਨੂੰ ਲੱਗਦਾ ਕਿ ਸਾਨੂੰ ਇਹਨਾਂ ਕੱਟ ਰਹੀਆਂ ਵੀ ਕੱਟ ਰਹੀ ਐ ਗਾਇਸ ਨਹੀਂ ਕੱਟੇਗੀ ਦੇਖੋ ਮੈਂ ਐਵੇਂ ਕਰਕੇ ਦਿਖਾ ਰਹੀ ਆ ਨਹੀਂ ਕੱਟੇਗੀ ਉਹ ਡਿਪੈਂਡ ਕਰਦਾ ਕਿ ਤੁਸੀਂ ਚੂੜੀ ਕਿਵੇਂ ਦੀ ਲੈ ਰਹੇ ਹੋ ਕਿ ਤੁਸੀਂ ਚੂੜੀ ਐਵੇਂ ਦੀ ਤਾਂ ਨਹੀਂ ਲੈ ਰਹੇ ਨਾਰਮਲ ਦੇ ਸੀ ਉਹ ਨਹੀਂ ਹੋਏਗੀ ਫੁੱਲ ਗ੍ਰੈਂਡੇਡ ਚੂੜੀ ਲੋ ਹਮੇਸ਼ਾ ਫੁੱਲ ਗ੍ਰੈਂਡੇਡ ਚੂੜੀ ਲੋ ਔਰ ਕਲਰਸ ਆ ਗਾਈਜ਼ ਬਹੁਤ ਸਾਰੇ ਅਵੇਲੇਬਲ ਹੈ ਐਂਡ ਉਹਨਾਂ ਚ ਆਂਦੀ ਹੈ ਗ੍ਰੈਂਡੇਡ ਚੂੜੀ ਡੋਂਟ ਵਰੀ ਕਿ ਯਾਰ ਮੈਂ ਜੰਟਾ ਲੈ ਰਹੀ ਆ ਬੇਬੀ ਪਿੰਕ ਲੈ ਰਹੀ ਆ ਰੈਡ ਤੋਂ ਇਲਾਵਾ ਕਿਸ ਚੋਰ ਚ ਨਹੀਂ ਆਏਗੀ ਐਸਾ ਨਹੀਂ ਹੈ ਬਹੁਤ ਸਾਰੇ ਕਲਰਸ ਆਂਦੇ ਨੇ ਸਭ ਚ ਗ੍ਰੈਂਡੇਡ ਆਂਦੀ ਹੈ ਤਾਂ ਧਿਆਨ ਰੱਖੋ ਕਿ ਤੁਸੀਂ ਗ੍ਰੈਂਡੇਡ ਹੀ ਲੋ ਜਿਹੜੇ ਵੀ ਸ਼ੌਕ ਪੀਪਰ ਤੋਂ ਲੈ ਰਹੇ ਹੋ ਜੇ ਤੁਹਾਨੂੰ ਲੱਗ ਰਿਹਾ ਤੁਸੀਂ ਰੇਟ ਤੇ ਬਾਰਗੇਨਿੰਗ ਕਰ ਰਹੇ ਕਿ ਨਹੀਂ ਯਾਰ ਮੈਨੂੰ ਮਹਿੰਗਾ ਨਹੀਂ ਸਸਤਾ ਲੈਣਾ ਦੇਖੋ ਜੇ ਤਾਂ ਤੁਸੀਂ ਲਓਗੇ 400 ਦਾ ਚੂੜਾ 300 ਦਾ ਚੂੜਾ ਹਣਾ ਫੁੱ ਵੈਨਟ ਨਹੀਂ ਹੁੰਦੀ ਤੁਹਾਨੂੰ ਇਸ ਦਾ ਡਿਫਰੈਂਸ਼ੀਏਟ ਕਰਨਾ ਪਏਗਾ ਹਨਾ ਤੇ ਦੂਜੀ ਗੱਲ ਜਿਹੜੀ ਹੁੰਦੀ ਹੈ ਇਹ ਜੁੜੀ ਐਡੀ ਵੀ ਆਂਦੀ ਹੈ ਨੌਨ ਐਡੀ ਵੀ ਆਂਦੀ ਹੈ ਐਡੀ ਦੇ ਪ੍ਰਾਈਸ ਨੌਨ ਐਡੀ ਦੇ ਪ੍ਰਾਈਸ ਵੱਖਰੇ ਵੱਖਰੇ ਹੋਣਗੇ ਉੱਥੇ ਵੀ ਤੁਸੀਂ ਚੀਜ਼ ਨੂੰ ਜਜ ਕਰ ਸਕਦੇ ਹੋ ਹਨਾ ਤੀਜੀ ਗੱਲ ਜਿਹੜੀ ਸਭ ਤੋਂ ਜ਼ਿਆਦਾ ਸਾਨੂੰ ਆਉਂਦੀ ਹੈ ਕਈ ਕਿੜੀਆਂ ਕਹਿੰਦੀਆਂ ਕਿ ਯਾਰ ਮੈਨੂੰ ਨਾ ਬਿਲਕੁਲ ਲਾਈਟ ਵੇਟਿਡ ਚਾਹੀਦੀ ਹੈ ਕਈ ਕਹਿੰਦੀ ਕਿ ਮੈਨੂੰ ਆਹ ਚੀਜ਼ ਵੀ ਜਿਹੜੀ ਹੈ ਬਿਲਕੁਲ ਹੀ ਬਿਲਕੁਲ ਹੀ ਐਵੀਂ ਦੀ ਚਾਹੀਦੀ ਹੈ ਕਿ ਉਸ ਚ ਨਾਗ ਨਾ ਹੋਈ ਨਾਗ ਨਾ ਹੋਵੇ ਤਾਂ ਤੁਸੀਂ ਇੱਕ ਪਲੇਨ ਆਂਦੀ ਹੈ ਤੁਸੀਂ ਉਹ ਬਾਈ ਕਰ ਸਕਦੇ ਹੋ ਤੁਹਾਨੂੰ ਮੈਂ ਸਾਰਾ ਕੁਝ ਮਤਲਬ ਤੁਹਾਨੂੰ ਮੈਂ ਦਿਖਾਉਂਦੇ ਹਾਂ ਮੈਂ ਇੱਕ ਵਾਰੀ ਇੱਥੇ ਸਾਰੀ ਫੋਟੋਜ਼ ਲਗਾ ਦਾਂਗੀ ਕਿ ਕਿਵੇਂ ਕਿਵੇਂ ਦੀਆਂ ਆਉਂਦੀਆਂ ਨੇ ਕੀ ਕੀ ਆਂਦਾ ਤੁਹਾਨੂੰ ਦੱਸ ਦਾਂਗੀ ਜਾਂ ਫਿਰ ਜਿਹੜੇ ਤੁਹਾਡੇ ਮਨ ਦੇ ਡਾਊਟਸ ਆ ਤੁਹਾਡੇ ਮਨ 'ਚ ਕੁਝ ਕੁਐਸ਼ਨਸ ਆ ਤੁਸੀਂ ਕਮੈਂਟਸ ਦੇ ਵਿੱਚ ਦੱਸੋ ਤੁਸੀਂ ਤੇ ਦੁਬਾਰਾ ਤੇਰੇ ਅਗਰ ਜੀਆ ਪਲੀਜ਼ ਇਸ ਨੂੰ ਜਾ ਕੇ ਤੁਸੀਂ ਫੋਲੋ ਕਰੋ ਇਸ ਦਾ ਟੈਕਸਟ ਕਰੋ ਮੈਸੇਜ ਕਰੋ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਕੁਛ ਆ ਤੁਸੀਂ ਸਾਨੂੰ ਕੁਸ਼ਨ ਪੁੱਛ ਸਕਦੇ ਹੋ ਵੀ ਆਰ देयर फॉर यू ਐਂਡ ਸਬ ਤੋਂ ਜਿਹੜਾ ਕੁਸ਼ਨ ਆਂਦਾ ਆਨਲਾਈਨ ਸ਼ੋਪਿੰਗ ਦੇ ਵੀ ٹرسٹ ਸ਼ੀ ٹرسٹ ਇਸ਼ੂਸ ਸੌਰੀ ਫਾਰ ਥੈਟ ٹرسٹ ਇਸ਼ੂਸ ਕਿਸ ਰਿਗਾਰਡਿੰਗ ਆਂਦੇ ਆ ਕਿ ਦੇਖੋ ਹੁਣ ਜੀ ਮੈਂ ਤਾਂ ਤੁਹਾਡੇ ਤੋਂ ਲੈ ਲਿਆ ਚੂੜਾ ਹਨਾ ਤੇ ਜੇ ਇਨ ਕੇਸ ਮੇਰੀ ਸਾਈਜ਼ਾ ਹੋ ਗਿਆ ਉਹ ਮੈਂ ਤੁਹਾਨੂੰ ਪਹਿਲੇ ਹੀ ਕਲੀਅਰ ਕਰਤਾ ਦੂਜਾ ਜਿਹੜਾ ਤੁਹਾਡਾ ਕੁਐਸਚਨ ਆਂਦਾ ਹੈ ਕਿ ਜਿਹੜਾ ਮੈਨੂੰ ਕਲਰ ਹੈ ਉਹ ਉਵੇਂ ਦਾ ਹੀ ਮਿਲੇਗਾ ਡੈਫੀਨਿਟਲੀ ਉਵੇਂ ਦਾ ਮਿਲੇਗਾ ਡੈਫੀਨਿਟਲੀ ਉਵੇਂ ਦਾ ਮਿਲੇਗਾ ਕਿ ਜਿਵੇਂ ਉਸੇ ਕਲਰ ਦੇਖਿਆ ਉਹੀ ਮਿਲੇਗਾ ਤੁਹਾਨੂੰ ਇੱਕ ਬਕਾਇਦਾ ਇੱਕ ਪਿਕ ਸੈਂਡ ਕੀਤੀ ਜਾਏਗੀ ਕਿ ਹਾਂਜੀ ਆਹਾ ਆਹ ਕਲਰ ਹੈਗੇ ਆ ਇਸ ਤੋਂ ਜਿਹੜਾ ਵੀ ਹੈ ਤੁਸੀਂ ਜੋ ਸਿਲੈਕਟ ਕਰ ਲਓ ਤੁਸੀਂ ਚਾਹੋ ਤੇ ਆਪਣੀ ਪੈਕਿੰਗ ਕੋਲ ਖੜ ਕੇ ਵੀ ਵੀਡੀਓ ਕਾਲ ਤੇ ਵੀ ਕਰਵਾ ਸਕਦੇ ਹੋ ਹੋਰ ਦੱਸੋ ਇਸ ਤੋਂ ਵੱਡ ਤਾਨੂੰ ਕੀ ਹੋਵੇ ਸਕਦਾ ਸੋ ਬਹੁਤ ਸਾਰੇ ਮੈਸੇਜ ਆਨੇ ਬਹੁਤ سارے ਕੁਐਸਚਨਸ ਨੇ ਮੈਨੂੰ ਪਤਾ ਤੁਹਾਡੇ ਮਾਈਂ ਤੁਸੀਂ ਮੈਨੂੰ ਜਸਟ ਇੱਕ ਵਾਰੀ ਟਰਾਈ ਕਰੋ ਇੱਕ ਵਾਰੀ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਮੈਂਸ਼ਨ ਕਰੋ ਕਿ ਮੈਮ ਇਹਦੇ ਤੇ ਵੀਡੀਓ ਬਣਾਓ ਕੁਝ ਕਰੋ ਨੈਕਸਟ ਮੈਂ ਉਸ ਰਿਗਰਡਿੰਗ ਹੀ ਪਾਵਾਂਗੀ ਮੈਂ ਜਿਹੜੇ ਦੋ ਤਿੰਨ ਕੁਐਸਚਨਸ ਐ ਉਹ ਮੈਂ ਪੂਰੇ ਕੀਤੇ ਐ ਨਾਲੇ ਚੌਥੀ ਦਾ ਜਿਹੜੀ ਸਾਡੀ ਟਰੈਕਿੰਗ ਆਈਡੀ ਐ ਉਹ ਤੁਹਾਨੂੰ ਬਾਕਾਇਦਾ ਸੈਂਡ ਹੁੰਦੀ ਐ ਤੁਸੀਂ ਉਸ ਤੇ ਟਰੈਕ ਕਰ ਸਕਦੇ ਹੋ ਗਾਇਸ ਤੁਸੀਂ इजीली ਉਹ ਟਰੈਕ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਆਉਂਦੀ ਐ ਤੁਹਾਨੂੰ ਦੱਸ ਦਿੱਤਾ ਜਾਂਦਾ ਕਿ ਹਾਂ ਇੰਟਰਨੈਸ਼ਨਲ ਆਰਡਰਸ ਐ ਉਹ ਵੀ ਤੁਹਾਨੂੰ ਦੱਸ ਦਿੱਤਾ ਜਾਂਦਾ ਕਿ ਇਹ ਰੇਂਜ ਪਹੁੰਚ ਜਾਏਗਾ ਇੰਟਰਨੈਸ਼ਨਲ ਟੂ ਲੈ ਕੇ ਵਾਇਰ ਵੇਟਸ ਸਭ ਕੋ ਇੱਥੇ ਸ਼ਿਪ ਕਰਦੇ ਹਾਂ ਕੋ बाकी जिमें सारी शिपिंग होंगी है तो कोई दिक्कत नहीं आती चाहो तो सामने प्रेजेंट होके अपने किसी को भेज सदी शॉप पर आके लैके जा सकते हैं बाकी मैं नैक्सट वीडियो फिर एक बार तो लैके आव जिस देशियो बहुत ज्यादा लंबी हो रही है जिस तुम जो क्वेश्चन मेन पुट करोगे डैफिनेटली उस आएगी सो थैंक यू सो मच की स्पॉटिंग एस एंड फटाफट मेरे चैनल सबसक्राइब कर लो बैक टू बैक भीडज़ आते एंड टेंशन ना लेना जल्दी तो जल्दी जीडियो नैक्सट भी मिलेगी तो डाउट्स क्लीयर कर दें थैंक यू सो मच थैंक यू